ਦਮਨਪ੍ਰੀਤ ਸਿੰਘ ਗਰੇਵਾਲ ਜੀ ਦਾ ਵੀਜ਼ਾ ਆਇਆ ਜੀ, ਨਾਇਗਰਾ ਫੋਲੀ ਦਾ ਕੈਨੇਡਾ ਸਟੱਡੀ ਵੀਜ਼ਾ ਆਇਆ ਇਹਨਾਂ ਦਾ। ਦਮਨਪ੍ਰੀਤ ਜੀ, ਮੈਂ ਥੋੜ੍ਹਾ ਆਪਣੀ ਪ੍ਰੋਫਾਈਲ ਬਾਰੇ ਦੱਸੋਗੇ ਕਿ ਕੀ ਪ੍ਰੋਫਾਈਲ ਆ ਤੁਹਾਡੀ, ਤੁਸੀਂ ਕੀ ਪੜ੍ਹਾਈ ਕੀਤੀ ਹੋਈ ਇੰਡੀਆ ਅਤੇ ਕਲਾਸ ਕਿੰਨੇ ਪੈ ਰਹੇ ਸੀ? ਆਰਟਸ ਕੀਤੀ ਹੈ ਅਤੇ 6 ਬੈਂਡ ਵਾਲੀ। 12th ਕੀਤੀ ਹੈ ਤੁਸੀਂ? ਹਾਂਜੀ। ਕਿਹੜੇ ਬੋਰਡ ਤੋਂ ਕੀਤੀ ਹੈ? CBSE। ਐਂਡ ਪਰਸੈਂਟੇਜ ਕਿੰਨੀ ਸੀ ਤੁਹਾਡੀ? 64। 64%। ਕਿਹੜੇ ਪ੍ਰੋਗਰਾਮ 'ਚ ਅਪਲਾਈ ਕੀਤਾ ਤੁਸੀਂ? ਮੈਂ ਫਾਊਂਡੇਸ਼ਨ, ਪੁਲਿਸ ਫਾਊਂਡੇਸ਼ਨ। ਅਤੇ ਤੁਸੀਂ ਸਾਡਾ ਕਿਹੜਾ ਆਫਿਸ ਵਿਜ਼ਿਟ ਕੀਤਾ ਸੀ? ਲੁਧਿਆਣਾ ਆਫਿਸ। ਤੁਹਾਨੂੰ ਕਿਵੇਂ, ਤੁਸੀਂ ਕੀ ਕਹਿਣਾ ਚਾਹੋਗੇ ਲੈਂਡਮਾਰਕ ਬਾਰੇ, ਕਿ ਆਪਣੇ ਫਰੈਂਡਸ ਨੂੰ ਕੀ ਮੈਸੇਜ ਦੇਣਾ ਪਹੁੰਚਾਉਂਗੇ? ਤੁਹਾਨੂੰ ਕਿੱਦਾਂ ਦੀ ਸਰਵਿਸਿਸ ਲੱਗੀ ਸਾਡੀ? ਬਹੁਤ ਵਧੀਆ। ਤੁਹਾਨੂੰ ਕੋਈ ਮੈਸੇਜ ਹੋਰ ਪਰਸਨਲੀ ਦੇਣਾ ਚਾਹੋਗੇ? ਮੈਂ ਲੱਗੂੰਗਾ ਜੀ ਲੈਂਡਮਾਰਕ ਵਧੀਆ ਜੀ, ਅਤੇ ਇੱਥੇ ਆਇਆ ਕਰੋ। ਤੁਹਾਨੂੰ ਕਿੰਨੇ ਰਿਕਮੈਂਡ ਕੀਤਾ ਲੈਂਡਮਾਰਕ ਇਮੀਗ੍ਰੇਸ਼ਨ? ਉਹ ਸਾਨੂੰ ਮੇਰਾ ਫਰੈਂਡ ਖੜਾ ਹੋਵੇ। ਅੱਛਾ, ਇਹਨਾਂ ਨੇ ਵੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਅਪਲਾਈ ਕੀਤਾ? ਹਾਂਜੀ ਸਰ। ਅਤੇ ਕੰਗ੍ਰੈਚੁਲੇਸ਼ਨ ਸਰ, ਤੁਹਾਡਾ ਪਾਸਪੋਰਟ ਅਸੀਂ ਤੁਹਾਨੂੰ ਦੇ ਰਹੇ ਹਾਂ। ਥੈਂਕ ਯੂ ਸਰ। ਆਲ ਦੀ ਬੈਸਟ ਫੋਰ ਯੂ। ਥੈਂਕ ਯੂ।